हाँ जी मित्रों की हाल चाल, आई होप कि सारे वधिया होंगे। जे तुहाडा मूड नहीं सेट तां आपां हुणी सेट कर दिंदे आ, क्योंकि वीडियो बहुत कैंट होने वाली आ। पहलां तुसीं आह वीडियो देखो ते फिर इन्हां दे फनी जिहे कमेंट पढ़दे आ। कमेंटां नाल तां लोकां ने जमा अग्गी कड्डी पई आ। वीडियो चंगी लगी तां लाइक जरूर कर दिओ ते चलो आपां वीडियो नूं शुरू करदे आ। बाबा जी सुण तां गया होणा? ना पुत, सुणिया नहीं, थोड़ा जिहा उच्ची बोल। तू तां साले ऐ बोलदा जिवें हुणी मुठ मार के आया होवे। बंदे वाले काम कर लो ते जे किसे दुख तकलीफ आ पै उहदे नूं नंबर आपदा सेंड करके गल कर सकदा। ल है साला तोता रेंच जा, ए कड़ी बदमाशी आ के नंबर सेंड कर सकदा गल कर सकदा। ए साले रीलां ने बदमाश, इन्हां लई ओ कहावत सही बनी वी आ, आता घूसे वालियां फीलिंगां मूसे वालियां। बाकी आ थ्री व्हीलर टेंपू दे बोलण दे तरीके तो भी लगदा वी इहदे 'च वी सोनू सीतो वाले शकराणू आ। तेरे नाल चंगी धमकी तां सोनू सीतो वाला दे लैंदा, जे नहीं यकीन तां देख लो। कौन बोलदा ए छत्तर ना खाली ते इक आ ओए अमेरिका वाला ते बंदे वाले काम कर ला। ਕੁੱਲੜ ਪੀਜੇ ਵਾਲੇ ਤਾਂ ਅਸੀਂ ਹੈ ਨੀਗੇ, ਜਿਹੜੇ ਤੁਸੀਂ ਸਮਝੀ ਬੈਠੇ ਹੋ। ਜਨਾਨੀਆਂ ਦੀਆਂ ਗੱਲਾਂ ਨਾ ਕਰੋ। ਇਹ ਸਾਲਾ ਦੁਨੀਆਂ ਦਾ ਪਹਿਲਾ ਟੱਟੀ ਬਮਾਸ਼ਾ ਜਿਹਨੂੰ ਸਾਲੇ ਨੂੰ ਧਮਕੀ ਵੀ ਯਾਦ ਨਹੀਂ ਰਹਿੰਦੀ ਵੀ ਕਹਿਣਾ ਕੀ ਆ। ਬਾਕੀ ਰਹੀ ਗੱਲ ਕੁੱਲੜ ਪੀਜੇ ਵਾਲੇ ਦੀ, ਸਾਲਾ ਜੇ ਹੋਏ ਤੇਰੇ ਲੱਛਣ ਮੈਨੂੰ ਲੱਗਦਾ ਤੈਨੂੰ ਕੁੱਲੜ ਪੀਜੇ ਵਾਲੇ ਨੇ ਵੀ ਕੋਡਾ ਕਰ ਲੈਣਾ। ਉਹ ਵੈਸੇ ਵੀ ਘੋੜੀਆਂ ਬਣਾਉਣ ਦਾ ਬਹੁਤ ਸ਼ੌਕੀਨ ਆ। ਫਿਰ ਐਵੇਂ ਬਾਅਦ ਚ ਸਾਨੂੰ ਵੀ ਤੇਰੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ। ਆਪਕੀ ਡੋਈ ਇਤਨੀ ਉੱਪਰ ਕਿਉਂ ਹੈ? ਘੋੜੀ ਨਹੀਂ ਸੰਤਰਾ ਗੈਂਗ। ਇਹ ਸਾਲਾ ਕੁੜੀਆਂ ਤੋਂ ਵੀ ਅੱਗੇ ਆ, ਕਾਲਾ ਧਾਗਾ ਬੰਨੀ ਫਿਰਦਾ ਗਿੱਟੇ ਨੂੰ, ਏਦੂ ਮੋਟਾ ਗਿੱਟਾ ਤਾਂ ਬੱਕਰੀ ਦਾ ਹੁੰਦਾ। ਪਿੰਡ ਸਾਰਾ ਗੈਂਗਲੈਂਡ ਬਣ ਗਿਆ ਤੇ ਇਹ ਦੋਵੇਂ ਟੈਂਪੂ ਬਣ ਗਏ। ਮੈਨੂੰ ਲੱਗਦਾ ਸਾਲਿਆਂ ਨੇ ਥੱਲੇ ਦੀ ਕਾਲੇ ਰੰਗ ਦੀਆਂ ਪਜਾਮੀਆਂ ਵੀ ਪਾਈਆਂ ਨੇ, ਜਿੱਦਾਂ ਡਾਂਸਰ ਪਾਈ ਫਿਰਦੀਆਂ ਹੁੰਦੀਆਂ। ਤੁਸੀਂ ਫਾਦਰ ਸਾਹਿਬ ਤੋਂ ਭੰਗੜਾ ਸਿੱਖਿਆ? ਸਿੱਖਿਆ ਨਹੀਂ, ਬਲੱਡ ਜੀ ਆ। ਵੇਕ ਅਪ ਟੂ ਰਿਐਲਿਟੀ। ਸਾਰੀ ਉਮਰ ਮੈਂ ਜੋਕਰ ਜਾਂ ਬਣਿਆ ਰਿਹਾ। ਇਹ ਤਾਂ ਸਾਲਾ ਇਦਾਂ ਲੱਗਦਾ ਜਿਵੇਂ ਵੇਟਰ ਵਧਾਈ ਮੰਗਦਾ ਹੋਵੇ। ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ। ਸਾਰੀ ਉਮਰ ਮੈਂ ਜੋਕਰ ਜਾਂ ਸਾਲਿਆ ਮਗਰ ਖੜ ਕੇ ਨੱਚ, ਕੁੜੀ ਦੇ ਮੂੰਹ ਤੇ ਨਾ ਮਾਰੀ ਕੂਣੀ। ਤੁਸੀਂ ਫਾਦਰ ਸਾਹਿਬ ਤੋਂ ਭੰਗੜਾ ਸਿੱਖਿਆ? ਸਿੱਖਿਆ ਨੀ, ਬਲੱਡ ਜੀ ਆ। ਬਾਈ ਉਹਨੂੰ ਕੀੜਾ ਕਹਿੰਦੇ ਆ, ਭੰਗੜਾ ਨੀ। ਮੈਂ ਬਠਿੰਡੇ ਜਾ ਰਿਹਾ। ਡਰੋ ਨਾ ਮੱਲੋ, ਕਬਜ਼ ਦੀ ਦਵਾਈ ਲੈਣ ਜਾ ਰਿਹਾ। ਪੁਲਿਸ ਮੇਰਾ ਰਾਹ ਨਾ ਰੋਕੇ। ਜਿੱਦਾਂ ਦਾ ਤੇਰਾ ਮੂੰਹ ਆ ਤੈਨੂੰ ਟੋਲ ਪਲਾਜੇ ਵਾਲਿਆਂ ਨੇ ਹੀ ਰੋਕ ਲੈਣਾ, ਸਾਲਾ ਤੀਲਾ ਬਦਮਾਸ਼। ਪੁਲਿਸ ਖੁਸਰਿਆਂ ਦਾ ਰਾਹ ਨੀ ਰੋਕਦੀ, ਜਾਓ ਤਾੜੀਆਂ ਵਜਾਉਂਦੇ। ਮੈਂ ਬਠਿੰਡੇ ਜਾ ਰਿਹਾ। ਜਾਣਾ ਮੋਗੇ, ਦੱਸਣਾ ਬਠਿੰਡੇ, ਦੇਣੀਆਂ ਬੁੰਡਾ ਖਾਣੇ ਟਿੰਡੇ। ਬਾਂਦਰ ਹੱਥ ਬੰਦੂਕ, ਘੂਸਿਆਂ ਦੇ ਹੱਥ ਸੰਦੂਕ ਲੱਗਿਆ ਮਾੜਾ। ਲੋਕ ਵਿਚਾਰੇ ਵਿਆਹ ਵੇਖਣ ਆਏ ਸੀ, ਉਹਨਾਂ ਨੂੰ ਕੀ ਪਤਾ ਮਦਾਰੀ ਦੇ ਦੋ ਬਾਂਦਰ ਅੱਗੇ ਨਾਚ ਕਰ ਰਹੇ ਆ। ਇਹਨਾਂ ਵਰਗੇ ਚਵਲਾਂ ਨੂੰ ਦੇਖ ਕੇ ਗਾਲ ਵੀ ਮੂੰਹ ਬੋਲਦੀ ਆ, ਮੈਂ ਆਉਣੀ ਆ ਰੋਕੀ ਨਾ। ਵਿਆਹ ਵਾਲੇ ਵੀ ਸੋਚਦੇ ਹੋਣੇ ਇਹਨਾਂ ਨੂੰ ਬੁਲਾ ਕੇ ਗਲਤੀ ਕਰ ਲਈ। ਜਿਹਨੇ ਇਹਨਾਂ ਨੂੰ ਕਾਰਡ ਦਿੱਤਾ ਉਹਦੀ ਲੱਤ ਟੁੱਟੂ ਪੱਕਾ। ਯਾਰ ਆਹ ਚੋਬਰ ਦੀ ਵੀਡੀਓ ਤੇ ਆਪਾਂ ਬਹੁਤ ਕਮੈਂਟ ਪੜ੍ਹ ਲਏ ਤੇ ਲੋਕਾਂ ਨੇ ਤਾਂ ਹਜੇ ਇਹਨੂੰ ਹੋਰ ਵੀ ਟੋਕਰਾ ਭਰ ਕੇ ਬਹੁਤ ਲਾਹਨਤਾਂ ਦਾ ਪਾਇਆ ਸੀ, ਪਰ ਛੱਡੋ ਯਾਰ, ਇਹ ਤਾਂ ਹੈ ਬਸ਼ਰਮ। ਹਾਂਜੀ, ਮੇਰੀ ਬੁਗੜੀ ਤਿਆਰ ਹੁੰਦੀ ਪਈ ਆ। ਪਤੰਦਰਾ ਬੁਗੜੀ ਨੂੰ ਸੀਸਾ ਵੱਡਾ ਲੈ ਦੇ, ਔਖੀ ਹੋ ਰਹੀ ਆ। ਸੋਹਣਾ ਲੱਗਦਾ ਪਿਆ ਅੱਜ। ਬੁਗੜੀ ਨੇ ਮੂੰਹ ਤਾਂ ਇੱਦਾਂ ਲਿਵੜਿਆ ਸੁਰਖੀ ਨਾਲ ਜਿਵੇਂ ਕੁੱਤੀ ਹੱਡਾ ਰੋੜੀ ਚੋਂ ਆਈ ਹੁੰਦੀ ਹੈ। ਚੱਲੀਏ ਚੱਲੀਏ ਫਿਰ, ਇਹਦਾ ਬੁਗੜੀਆਂ ਦਿਖਾਓ ਤੇ ਪੈਸਾ ਕਮਾਓ। ਨੇਰਾ ਲਿਆਤਾ ਜੀ ਇੱਕ ਵਾਰੀ ਫਿਰ। ਆਏ ਵਾਏ ਕਰ ਗੱਲ, ਪੰਪ ਬੜੀ ਕੁੱਤੀ ਚੀਜ਼ ਆ। ਅਸਤਰ ਅਸਤਰ ਕਰ ਗੱਲ, ਅਸਤਰ ਅਸਤਰ ਕਹਿ ਕੇ ਪਲਸਤਰ ਨਾ ਲਵਾ ਦਿਓ। ਓ
ਓਕੇ 5 ਲੱਖ ਵਾਲਾ ਕਾਰਡ ਬਣਿਆ ਲੱਗਦਾ ਬਾਬੇ ਦਾ ਬੱਤ ਸਹੀ ਹੈ ਇਸ ਉਮਰ ਚ ਸਾਲਾ ਸਾਡੇ ਤਾਂ ਸੀਂਡ ਹੀ ਨਹੀਂ ਲੋਟ ਆਉਂਦਾ ਸੀ ਸਾਲੇ ਲੁੱਲੀ ਗੈਂਗ ਖਾਣੇ ਸਕੂਲ ਵਿੱਚੋਂ ਕੜੀ ਚੌਲ ਤੇ ਫੀਲੀਆਂ ਬਿਸ਼ਨੋਈ ਦੀਆਂ ਨੋ 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 ਅੰਗਣਵਾੜੀ ਚੋਂ ਪੰਜੀਰੀ ਮਿਲਣ ਦੀ ਖੁਸ਼ੀ ਚ ਪੈਸੇ ਮੇਰੇ ਸਾਲਿਆਂ ਤੋਂ ਮੋੜੇ ਨਹੀਂ ਗਏ ਜਾਂਦੇ ਜਾਂਦੇ ਬਸ ਸੀ ਉਹ ਮੁੱਖ ਮੋੜ ਗਏ ਪਫ ਇਦਾਂ ਹਿੱਲ ਕਲਿੰਬ ਗੇਮ ਚ ਪਹਾੜੀ ਵਰਗਾ ਜੂਆਂ ਦਾ ਡਾਊਨ ਟਾਊਨ ਰੋਟੀ ਕਿੱਥੇ ਖਾਂਦੇ ਸਾਲੇ ਖਾਰ ਖਾਂਦੇ ਆ ਆ ਕੀ ਆ ਸਾਲਾ ਏਲੀਅਨ ਜਾ ਭਗਵੰਤ ਮਾਨ ਨੇ ਤੁਹਾਡੇ ਦੋਹਾਂ ਦੀ ਪੈਨਸ਼ਨ ਕੱਟ ਦੇਣੀ ਆ ਬੇਬੇ ਨੂੰ ਤਾਂ ਲੱਗਦਾ ਸੁੱਤੀ ਪਈ ਨੂੰ ਠਾ ਕੇ ਲਿਆ ਆ ਬਾਬਾ ਜਦੋਂ ਤੁਸੀਂ ਫੇਮਸ ਹੋਣਾ ਉਦੋਂ ਨੂੰ ਉੱਪਰ ਚਲੇ ਜਾਣਾ ਰਨ ਝੁੱਡੀਆਂ ਨੂੰ ਧੰਨ ਫੁੱਦੀਆਂ ਨੂੰ ਕੱਲ ਜੁਗਾ ਬਾਈ ਤੇਰਾ ਕੋਈ ਕਸੂਰ ਨੀ ਮਾਮਾ ਕੋਈ ਗੱਡੀ ਚੜਾ ਦੂ ਉੱਤੇ ਹਰਭਜਨ ਮਾਨ ਦੀ ਥਾਂ ਤੇ ਨਛੱਤਰ ਗਿੱਲ ਦੇ ਗੀਤ ਲੱਗਣਗੇ ਆ ਤਾਂ ਬੀਸੀ ਜਨਾਨੀਆਂ ਦੀ ਬੇਕਦਰੀ ਹੋ ਰਹੀ ਆ ਸੋਨੇ ਰੰਗੀਏ ਸੈਂਡਲਾਂ ਨਾਲ ਜਰਾਬਾਂ ਪਾਉਣ ਦੀ ਕੀ ਲੋੜ ਸੀ ਅੰਦਰੀ ਬੈਠੀ ਰਹਿੰਦੀ ਬਾਹਰ ਆਉਣ ਦੀ ਕੀ ਲੋੜ ਸੀ ਤੂੰ ਤਾਂ ਪਹਿਲਾਂ ਹੀ ਟਰਾਲਾ ਗੱਡੀ ਵਿੱਚ ਆਉਣ ਦੀ ਕੀ ਲੋੜ ਸੀ ਆਂਟੀ ਤੈਨੂੰ ਕਮੈਂਟਾਂ ਵਿੱਚ ਬੇਇੱਜ਼ਤੀ ਕਰਾਉਣ ਦੀ ਕੀ ਲੋੜ ਸੀ ਬੀਬੀ ਚੀਕ ਨੀ ਬ੍ਰੇਕ ਮਾਰਨੀ ਸੀ ਲੈ ਨਿਚੋੜ ਤਾ ਨਿੰਬੂ ਜਨਾਨੀ ਸਿਆਣੀ ਸੀ ਉਹਨੇ ਪਹਿਲਾਂ ਏਅਰ ਬੈਗ ਟੈਸਟ ਕੀਤੇ ਖੁੱਲਦੇ ਆ ਕੇ ਨਹੀਂ ਚਲੋ ਜੀ ਹੁਣ ਘਰੇ ਬੱਸ ਚ ਜਾਣਾ ਪੈਣਾ ਬਾਈ ਗੱਡੀ ਨੂੰ ਡਰਾਈਵਰ ਪਸੰਦ ਨੀ ਆਇਆ ਤੇ ਨਾ ਹੀ ਕਨੈਕਟਰ ਹਾਂਜੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਇਦਾਂ ਘੈਂਟ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਆਹ ਵੀਡੀਓ ਤੇ ਪੂਰੇ 5000 ਲਾਈਕ ਕਰਵਾ ਦਿਓ ਤੇ 250 ਕਮੈਂਟ ਕਰ ਦਿਓ ਫਿਰ ਆਪਾਂ ਆਹ ਕਵਜਪ੍ਰੀਤ ਦੇ ਵੈਰਿੰਗ ਕਸਾਂਗੇ ਕਿਸੇ ਚੰਗੇ ਜਿਹੇ ਰੈਂਚ ਨਾਲ ਚਲੋ ਮਿਲਦੇ ਹਾਂ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਨਾਲ